ਸਤ ਸ੍ਰੀ ਅਕਾਲ ਕਿਸਾਨ ਭਰਾਵੋ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਕਣਕ ਨੂੰ ਪਹਿਲਾ ਪਾਣੀ ਕਦੋਂ ਲਾਈਏ ਪਹਿਲੇ ਪਾਣੀ ਦਾ ਬਹੁਤ ਯੋਗਦਾਨ ਹੁੰਦਾ ਕਣਕ ਦਾ ਝਾੜ ਵਧਾਉਣ ਤੇ ਤੇ ਇੱਕ ਤਰ੍ਹਾਂ ਦਾ ਨਹੀਂ ਪੱਥਰੀ ਹੀ ਹੁੰਦਾ ਪਹਿਲਾ ਪਾਣੀ ਇਸ ਦੇ ਨਾਲ ਹੀ ਪਹਿਲਾ ਪਾਣੀ ਪਹਿਲਾਂ ਜਾਂ ਪਿਸੋਂ ਲੱਗ ਗਿਆ ਤਾਂ ਕਣਕ ਦਾ ਝਾੜ ਘਟ ਸਕਦਾ ਹੈ ਫਿਰ ਜਿੰਨੀ ਮਰਜ਼ੀਆਂ ਖਾਦਾਂ ਸਪਰੇਅ ਆਪਾਂ ਕਰੀ ਜਾਈਏ ਪਰ ਪਹਿਲਾ ਪਾਣੀ ਕਣਕ ਦੇ ਝਾੜ ਤੇ ਬਹੁਤ ਅਸਰ ਕਰਦਾ ਹੈ ਜਿਹੜਾ ਪਹਿਲਾ ਪਾਣੀ ਆ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਰਿਸਰਚ ਕਰਕੇ ਦੱਸਿਆ ਗਿਆ ਹੈ ਉਹਨਾਂ ਦੇ ਮੁਤਾਬਕ ਕਣਕ ਦੀ ਜਿਹੜੀ ਜੜ ਹੁੰਦੀ ਹੈ ਉਹ 21 ਤੋਂ ਲੈ ਕੇ 30 ਦਿਨਾਂ ਦੇ ਵਿੱਚ ਵਿੱਚ ਜੜ ਸਥਾਪਿਤ ਕਰਦੀ ਹੈ ਉਸ ਤੋਂ ਬਾਅਦ ਹੀ ਆਪਣੀਆਂ ਸਖਾਵਾਂ ਮਤਲਬ ਫਟਾਰਾ ਹੋਣ ਲੱਗਦਾ ਹੈ ਕਣਕ ਦਾ ਇਸ ਕਰਕੇ ਜਿਹੜਾ ਪਹਿਲਾ ਪਾਣੀ ਹੈ ਕਣਕ ਦਾ ਕਣਕ ਨੂੰ 21 ਤੋਂ 30 ਦਿਨਾਂ ਦੇ ਵਿੱਚ ਵਿੱਚ ਲਾਉਣਾ ਚਾਹੀਦਾ ਸੋ ਇਸ ਕਰਕੇ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਇਹ ਗੱਲਾਂ ਦੇਖਣ ਚ ਨਿੱਕੀਆਂ ਨੇ ਪਰ ਝਾੜ ਤੇ ਅਸਰ ਇਹਨਾਂ ਦਾ ਗੱਲਾਂ ਦਾ ਪੂਰਾ ਹੁੰਦਾ ਹੈ ਕਿਉਂਕਿ ਪਹਿਲੇ ਪਾਣੀ ਤੋਂ ਬਾਅਦ ਹੀ ਕਣਕ ਦਾ ਫਟਾਰਾ ਸ਼ੁਰੂ ਹੁੰਦਾ ਹੈ ਸੋ ਵਾਕੀ ਆਪਣੇ-ਆਪਣੇ ਕਿਸਾਨਾਂ ਦੇ ਤਜਰਬੇ ਨੇ ਤੁਸੀਂ ਵੀ ਆਪਣੇ ਤਜਰਬੇ ਜ਼ਰੂਰ ਸਾਂਝੇ ਕਰਿਆ ਕਰੋ ਕਮੈਂਟਾਂ ਵਿੱਚ ਤਾਂ ਕਿ ਹੋਰ ਕਿਸਾਨਾਂ ਤੱਕ ਜਾਣਕਾਰੀ ਪਹੁੰਚਦੀ ਰਹੇ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਲਿਓ ਤਾਂ ਕਿ ਇਦਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਵੀਡੀਓ ਤੇ ਬਣਾ ਰਹਿਣ ਲਈ ਧੰਨਵਾਦ।